ਗੁਰਦਾਸਪੁਰ ਤੋਂ ਸੰਸਦ ਮੈਂਬਰ ਸਨੀ ਦਿਓਲ ਦੇ ਪਿਤਾ ਧਰਮਿੰਦਰ ਵੱਲੋਂ ਇੱਕ ਟਵੀਟ ਰਾਹੀਂ ਆਪਣੇ ਪੁੱਤਰ ਨੂੰ ਭਗਵੰਤ ਮਾਨ ਤੋਂ ਕੁਝ ਸਿੱਖਣ ਦੀ ਨਸੀਹਤ ਦਿੱਤੇ ਜਾਣ 'ਤੇ ਭਗਵੰਤ ਮਾਨ ਦਾ ਬਿਆਨ ਸਾਹਮਣੇ ਆਇਆ ਹੈ। ਭਗਵੰਤ ਮਾਨ ਨੇ ਜਿੱਥੇ ਧਰਮਿੰਦਰ ਦਾ ਧੰਨਵਾਦ ਕੀਤਾ ਹੈ ਉੱਥੇ ਹੀ ਉਹਨਾਂ ਸਨੀ ਦਿਓਲ ਨੂੰ ਵੀ ਕੁਝ ਨੁਕਤੇ ਦੱਸੇ ਨੇ। ਨਾਲ ਹੀ ਉਹਨਾਂ ਦਾ ਕਹਿਣਾ ਕਿ ਸਨੀ ਦਿਓਲ ਨੂੰ ਰਾਜਨੀਤੀ ਨੂੰ ਫਿਲਮਾਂ ਦੀ ਤਰ੍ਹਾਂ ਨਹੀਂ ਦੇਖਣਾ ਚਾਹੀਦਾ। ਦੇਖੋ, ਸਭ ਤੋਂ ਪਹਿਲਾਂ ਧਰਮ ਜੀ ਦਾ ਮੈਂ ਇਸ ਗੱਲੋਂ ਰਿਕਾਰਡ ਕਰਦਾ ਕਿ ਉਹਨਾਂ ਨੇ ਮੇਰੇ ਕੰਮ 'ਤੇ ਮੋਹਰ ਲਾਈ ਹੈ ਕਿ ਮੈਂ ਮੇਰਾ ਕੰਮ ਦੇਖਦੇ ਹੋਣਗੇ ਉਹ ਪਾਰਲੀਮੈਂਟ ਦੇ ਵਿੱਚ, ਜਦੋਂ ਤੋਂ ਮੈਂ ਪਾਰਲੀਮੈਂਟ ਦੇ ਵਿੱਚ ਪਿਛਲੀ ਵਾਰ ਤੋਂ ਲੈ ਕੇ। ਅਤੇ ਸਨੀ ਦੁਆਰਾ ਉੱਥੇ ਆਪਣਾ ਕੋਈ ਡੰਮੀ ਬੰਦਾ ਰੱਖਣਾ, ਇਹ ਕੋਈ ਫਿਲਮਾਂ ਨਹੀਂ ਹੈਗੀਆਂ ਕਿ ਉਹਨਾਂ ਵਰਗੇ ਬਾਲ ਅਤੇ ਉਹਨਾਂ ਵਰਗੇ ਕੱਪੜੇ ਪਾ ਕੇ ਤੁਸੀਂ ਕੈਮਰੇ ਪਿੱਛੋਂ ਕੈਮਰੇ ਨਾਲ ਚੀਟ ਕਰਕੇ ਤੁਸੀਂ ਸਟੰਟ ਕਰ ਲਓਗੇ। ਇਹ ਤਾਂ 9 to 5 ਜੋਬ ਨਹੀਂ ਹੈਗੀ, ਇਹ ਤਾਂ 24 ਘੰਟੇ ਜੋਬ ਹੈ ਜੀ। ਪਬਲਿਕ ਨੂੰ ਐਮਰਜੈਂਸੀ ਜਦੋਂ ਮਰਜ਼ੀ ਹੋ ਸਕਦੀ ਹੈ। ਸੋ ਸਨੀ ਹੋਰਾਂ ਨੂੰ ਜੇ ਰਾਜਨੀਤੀ ਦੇ ਵਿੱਚ ਆਏ ਨੇ ਉਹ, ਤਾਂ ਉਹਨਾਂ ਦਾ ਆਪਣਾ ਜਿਹੜਾ ਗਲੈਮਰ ਵਾਲੀ ਲਾਈਫ ਹੈ ਉਹਨੂੰ ਛੱਡ ਕੇ ਰਾਜਨੀਤੀ ਨੂੰ ਇੱਕ ਧਰਮ ਦੇ ਰੂਪ ਦੇ ਵਿੱਚ, ਰਾਜਨੀਤੀ ਨੂੰ ਇੱਕ ਜਨੂੰਨ ਦੇ ਰੂਪ ਦੇ ਵਿੱਚ ਜੇ ਤੁਸੀਂ ਲਓਗੇ ਤਾਂ ਕਾਮਯਾਬੀ ਹੋ। ਕਾਂਗਰਸ ਦੇ ਰਾਜ ਸਭਾ ਮੈਂਬਰ ਬਾਜਵਾ ਜੀ ਨੇ ਵੀ ਕਿਹਾ ਵੀ ਦਿੱਲੀ ਤੋਂ ਸਿੱਖੇ ਆਓ, ਬਿਜਲੀ ਜੇ ਆਪਾਂ ਨੇ ਕਰਨੀ ਹੈ ਤਾਂ। ਅਤੇ ਇਹਦਾ ਮਤਲਬ ਅਸੀਂ ਜਦੋਂ ਪਾਰਟੀ ਬਣਾਈ ਸੀ ਅਸੀਂ ਇਹੀ ਕਿਹਾ ਸੀਗਾ ਰਾਜਨੀਤੀ ਕਰਨੀ ਆਏ, ਰਾਜਨੀਤੀ ਸਿਖਾਉਣ ਆਇਆ। ਧਰਮਿੰਦਰ ਕਹਿ ਰਿਹਾ ਜੀ ਭਗਵੰਤ ਮਾਨ ਤੋਂ ਸਿੱਖ ਲਓ, ਬਾਜਵਾ ਸਾਹਿਬ ਕਹਿ ਰਿਹਾ ਕੇਜਰੀਵਾਲ ਤੋਂ ਸਿੱਖ ਲਓ, ਸਿੱਖ ਲੈਣ ਫਿਰ, ਅਸੀਂ ਕਿਹੜਾ ਕੋਈ ਜਵਾਬ ਦਿੰਦੇ।